تم ہی باہر نکلو کسان یوریا، تم قتل ہونے لی تیار ہو جاؤ۔ تم ہی تیار ہو جائے نہ اس استریر کا منہ جہاں انہیں غسلخانے کے اتنے رکھا ہوں اپنا بھی منہ یہ جوگی نو پنجا روپے دے کے پاوے ادھا گھنٹہ سپ پھڑا لاؤ ویڈیو چلا کے ویخ لدماش بدماش لیا چاچا میں گاہک ہاں
ਬੈਠਾ 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 ਲਿਆ ਡਾਲ ਆ ਲੱਭ ਗਈ ਜੇ ਮੈਨੂੰ ਚਮੜੇ ਉਹ ਮੇਰੀ ਬੀਵੀ ਹੂੰ ਯਾਰ ਤੈਨੂੰ ਬਹੁਤੀ ਨਹੀਂ ਨਾ ਮੈਨੂੰ ਕੀ ਪਤਾ ਮੈਨੂੰ ਤੇ ਬੇਹੋਸ਼ ਕਰ ਲੈਂਦੀ ਆਸਾ ਆ ਕੁੜੀਏ ਮੈਨੂੰ ਵੀ ਲੱਗਣ ਡਿਆ ਤੇਰਾ ਮੂੰਹ ਵੀ ਪਤਾਉ ਵਰਗਾ ਹੋ ਗਿਆ ਸਬਜ਼ੀਆਂ ਵੇਚ ਵੇਚ ਕੇ ਚਾਵਲ ਹੀ ਡਾਕਟਰ ਨੂੰ ਜਾ ਕੇ ਨਾ ਜਨਾਬ ਮੈਨੂੰ ਢੇਰ ਚ ਦਰਦ ਹੁੰਦੀ ਉਹ ਕਹਿੰਦਾ ਤੇਰਾ ਐਕਸਰਾ ਹੋਣਾ ਕਮੀਜ਼ ਲਾ ਦੇ ਇਹ ਕਹਿੰਦਾ ਜੀ ਰੱਖਾ ਕਿੱਥੇ ਉਹ ਕਹਿੰਦਾ ਜਿੱਥੇ ਮੇਰੀ ਪਈ ਬੈਠੋ 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 ਕਿੱਥੇ ਹੀ ਠਹਿਰ ਜਾ ਤੂੰ ਡਾਕਟਰ ਹੀ ਹੋਣਾ ਮੈਨੂੰ ਤੇਰਾ ਪਤਾ ਇੱਕ ਤੇ ਤੂੰ ਮੈਨੂੰ ਟੈਨਸ਼ਨ ਲਾਈ ਇਹ ਬੱਸ ਦੀ ਛੱਤ ਤੇ ਬਹਿ ਕੇ ਆਇਆ ਮੈਂ ਕਿਹਾ ਕਿਵੇਂ ਆ ਕਹਿੰਦਾ ਬਾਈ ਏਅਰ ਆਇਆ ਸਾਲਿਆ ਕਿਹੜਾ ਬਾਈ ਏਅਰ ਆਇਆ ਤੂੰ ਚਵਲ ਜ਼ਮਾਨੇ ਦਾ ਮੈਂ ਆਪਣੀ ਭੈਣ ਦਾ ਬਦਲਾ ਲੈਣ ਆਇਆ ਕਿਉਂ ਇੱਥੇ ਕੀ ਹੋਇਆ ਕੁਛ ਵੀ ਨਹੀਂ ਹੋਇਆ ਕੀ ਮਤਲਬ ਤੇਰੀ ਭੈਣ ਇੱਥੇ ਠੀਕ ਹੈ ਓਏ ਮੇਰੀ ਭੈਣ ਨੂੰ ਬੁਲਾਓ ਫਿਰ ਮੈਂ ਫੈਸਲਾ ਕਰਾਂਗਾ ਭੈਣ ਇਹ ਲੱਗਦਾ ਕਿਤੇ ਬਾਥਰੂਮ ਚ ਬੈਠੀ ਇੱਧਰ ਮਾਰ ਭੈਣਾ ਚੱਲ ਭਰਾਵਾਂ ਨੂੰ ਮਿਲ ਕਿਉਂ ਫੜਵਾਉਣਾ ਹੀ ਮੈਨੂੰ ਵੀ ਨਾਲ ਕੀ ਦੱਸਾਂ ਭੈਣਾ ਜਿਸ ਦਿਨ ਦੀ ਤੂੰ ਪਿੰਡੋਂ ਆਈ ਹੈ ਸਹੀ ਪੁੱਛੇ ਅਸੀਂ ਤੇ ਭੁੱਖੇ ਮਰ ਗਏ ਹਾਂ ਉੱਥੇ ਉਹ ਚਵਲਾ ਸਾਡੀ ਰੋਟੀ ਪਕਾ ਕੇ ਦਿੰਦੀ ਅਗਲੀ ਇਹ ਵੇਖ ਕਿਵੇਂ ਗੱਲ ਨੂੰ ਵਿਗਾੜ ਨਹੀਂ ਕੀ ਮਤਲਬ ਬਾਹਰ ਇੱਕ ਬਾਬਾ ਖੰਘਣ ਡਿਆ ਸੀ ਅੱਛਾ ਉਹਦੀ ਖੰਘ ਨੀ ਸੀ ਰੁਕਣ ਡਈ ਅੱਛਾ ਮਾਰੇ ਬੰਦੂਕ ਤੇ ਦੋ ਬੱਟ ਅੱਛਾ ਬਾਬੇ ਦੀ ਖੰਘ ਰੁਕ ਗਈ ਏ ਬਾਬਾ ਉਹਦਾ ਨੀ ਪਤਾ ਲੱਗਣ ਡਿਆ ਉਹ ਲੱਗਦਾ ਪੁਰ ਬਸ ਪੈਣਾ ਛੇਤੀ ਛੇਤੀ ਦੱਸ ਦੇ ਕਿ ਮੈਂ ਕਿਹਦੇ ਕਿਹਦੇ ਕੋਲੋਂ ਬਦਲਾ ਲੈਣਾ ਇੱਥੇ ਪਹਿਲੀ ਗੋਲੀ ਇਹਦੀ ਹਿੱਕ ਚ ਮਾਰ ਵੀਰਾ ਕੀ ਮਤਲਬ ਮੈਂ ਤੇ ਇਹਦੇ ਨਾਲ ਤੇਰਾ ਵਿਆਹ ਹੀ ਨਹੀਂ ਸੀ ਕੀਤਾ ਲੇਕਿਨ ਮੈਂ ਵੀ ਇੱਥੇ ਕਿਉਂ ਇਹ ਮੇਰਾ ਕਾਮਾ ਦੀ ਤੇ ਮੈਂ ਬੇਵਾ ਹੋ ਜਾਾਂਗੀ ਇਹ ਮਰ ਗਿਆ ਤੇ ਮੈਂ ਕੀ ਕਰਾਂਗੀ ਚੱਲ ਤੈਨੂੰ ਸੋਹਣੀ ਸਲਾਈ ਮਸ਼ੀਨ ਮਿਲੇਗੀ ਤੇਰਾ ਬੇੜਾ ਤਰਜਾ ਕੀ ਮਤਲਬ ਮੇਰੇ ਤੇ ਮਸ਼ੀਨ ਦਾ ਖਰਚਾ ਪਾ ਲੈ ਉਹ ਬਾਬਾ ਤੂੰ ਹਰ ਪਾਸੇ ਕਿਉਂ ਇਹੋ ਜਿਹੇ ਚੌਧਰੀ ਆਪਣੀ ਪੰਚਾਇਤ ਚ ਬੈਠੇ ਕਹਿਣ ਦਿਓ ਕਿਸੇ ਕੁੱਤੇ ਦੀ ਵੀ ਸੁਣ ਲਿਆ ਕਰੋ ਰੋਦਾ ਚੌਧਰੀ ਬਣਨ ਨੂੰ ਵੇਖਦੇ ਸੀ ਉਹ ਤੂੰ ਜਾਹੇ ਨਹੀਂ ਹੈ ਵੀ ਜਾਹੇ ਨਹੀਂ ਕਿਉਂ ਇਹੋ ਜਿਹੇ ਬੰਦੇ ਤੇ ਪੰਚਾਇਤ ਚ ਉੱਠ ਕੇ ਕਹਿੰਦੇ ਉਹ ਛੱਡ ਚੌਧਰੀ ਮੇਰੀਆਂ ਹੀ ਬੱਚੀਆਂ ਗਲਤ ਆ ਚੱਲ ਪੈਣਾ Yeah.